असलकम वह जी भाइयों की हाल है ठीक हो से तबीयत ठीक है अच्छा भैया मेरा नंबर जी जीरो तीन सौ पैंती सत सौ तिरहत्तर सिफर सत सौ तिहत्तर ਕੁਝ ਭਾਈ ਜਿਹੜਾ ਨਾ ਉਹ ਬੋਰਡ ਉਤੋਂ ਹਲਾਕ ਨਜ਼ਰ ਆਉਂਦਾ ਹੁੰਦਾ ਹੁੰਦਾ ਮੈਂ ਬੋਰਡ ਤੇ ਵੀਡੀਓ ਇਸ ਤੋਂ ਹੀ ਵੇਚ ਦਿੰਦਾ ਕਿ ਬੰਨਿਆਂ ਨਾ ਨੰਬਰ ਦਾ ਪਤਾ ਲੱਗ ਜੇ ਉਹ ਫਿਰ ਵੀ ਕਮੈਂਟ ਕਰਕੇ ਪੁੱਛਦੇ ਨੇ ਵੀ ਆਪਣਾ ਮੋਬਾਈਲ ਨੰਬਰ ਦੱਸੋ ਜਾਂ WhatsApp ਨੰਬਰ ਦੱਸੋ ਇਹ ਹੀ ਮੇਰਾ WhatsApp ਨੰਬਰ ਹੈ ਔਰ ਇਹ ਹੀ ਕਾਲਿੰਗ ਨੰਬਰ ਹੈ ਟੈਲੀਨ ਆਰ ਉਤੇ ਕਨਵਰਟ ਹੈ ਠੀਕ ਹੈ ਜੀ ਤੇ ਅੱਜ ਨਾ ਅਸੀਂ ਗੱਲ ਕਰਨੀ ਹੈ ਕਿ ਕੁਝ ਦੋਸਤ ਜਿਹੜਾ ਨਾ तो पीन देने, ठीक है अलर तो मतलब रबर रूल तो तो ला के वो चक्की नहीं देन देने, चक्की तो अगों पीस के वो पाउडर या फाक बेच मिला छड़ देने, ठीक है और वो दोस्त फिर ये क्लेम करते हैं कि साडा जड़ा अलर या पलशर कई पलशर भी पीते हैं ना मसलन ने एक सौ दस नंबर जाली है ना तो फिर बारीक करने वास्ते ਇਸ ਨਾਲ ਚੱਕੀ ਉੱਤੇ ਪੀਸਿਆ ਜਾਂਦਾ ਹੈ ਚੱਕੀ ਮਸਲਾ ਉੱਤੇ ਟਾਂਗ ਲੇ ਜਿਸ ਤਰ੍ਹਾਂ ਮੇਰਾ ਜਾ ਰਹੇ ਨਾ ਪਾਈਪ ਪਾਊਡਰ ਵਾਲੇ ਇਹ ਜਾ ਰਹੇ ਨੇ ਪਾਊਡਰ ਵਾਲੇ ਦੋਵੇਂ ਪਾਈਪ ਕਮਰੇ ਵਿੱਚ ਤੇ ਉੱਤੇ ਇੱਥੇ ਮਸਲਾ ਨਾਲ ਚੱਕੀ ਟਾਂਗ ਛੜਨੀ ਹੈ ਚੱਕੀ ਟਾਂਗ ਕੇ ਇਹਦਾ ਜਿਹੜਾ ਨਾ ਪਾਈਪ ਪਾਊਡਰ ਵਾਲਾ ਚੱਕੀਂ ਦੇ ਛੜਨਾ ਠੀਕ ਹੈ ਇਹਦੇ ਵਿੱਚ ਫਲ ਸ਼ਰਤ ਤੇ ਕੋਈ ਅੰਨੀ ਕਾਣੀ ਚੰਦਾ ਰੰਦਾ ਫੱਕ ਠੀਕ ਹੈ ਲੇਕਨ ਜਿਹੜਾ ਨਾ ਲਰ ਉਹ ਜਿਸ ਟਾਈਮ ਚੱਕੀ ਨੇ ਦਾ ਪਾਈਪ ਦੇ ਵੀ ਦਾ ਉਸ ਟਾਈਮ ਫੱਕ ਨਾ ਤੋਚਾਣਾ ਛੱਡ ਜਾਂਦਾ ਠੀਕ ਆ ਅਸੂਲਾਂ ਇਹਨਾਂ ਦੋਹਾਂ ਨਾਲ ਚੱਕੀ ਤੋਂ ਪਹਿਲਾਂ ਲੱਗਣਾ ਚਾਹੀਦਾ ਸਾਈਕਲੂਨ ਵਜ੍ਹਾ ਕੀ ਬਣਦੀ ਹੈ ਇਹਨਾਂ ਦੇ ਨਾ ਛਾਣੇ ਦੀ ਕਿ ਜਿਹੜੀ ਹੈ ਮਤਲਬ ਤੋਚਾਣੀ ਛੱਡ ਜਾਂਦੇ ਨੇ ਜਾਂ ਫੱਕ ਛਾਣੇ ਪਲisher ਫੱਕ ਛਾਣੀ ਛੱਡ ਜਾਂਦਾ ਲਰ ਜਿਹੜਾ ਇਹ ਤੋਜ ਤਾਂ ਛਾਣੀ ਛੱਡ ਦਿੰਦਾ ਠੀਕ ਹੈ وجہ ਇਹ ਬਣਦੀ ਹੈ ਇਹਨਾਂ ਦੀ ਆਵਾਜ਼ ਜਿਹੜੀ ਹੁੰਦੀ ਹੈ ਨਾ ਆਵਾਜ਼ ਡਿਲੀਟ ਨਹੀਂ ਹੁੰਦੀ ਮਤਲਬ ਚੱਕੀ ਵਿੱਚ ਆਵਾਜ਼ ਆ ਜਾਂਦੀ ਹੈ ਚੱਕੀ ਦਿੱਤਨੀ ਕਪੈਸਿਟੀ ਨਹੀਂ ਹੈ ਕਿ ਚੱਕੀ ਚੋਂ ਆਵਾਜ਼ ਖੁੱਲੀ ਡਿਲੀਟ ਹੋ ਜਾ ਔਰ ਇਹਦੀ ਜਿਹੜਾ ਰਬਰ ਰੂਲ ਹੁੰਦਾ ਜਾਂ ਅਲਰ ਹੁੰਦਾ ਜਾਂ ਪੇਟੀ ਪੱਖਾ ਹੁੰਦਾ ਇਹਦੀ ਆਵਾਜ਼ ਹੁੰਦੀ ਹੈ ਬਹੁਤ ਜ਼ਿਆਦਾ ਠੀਕ ਹੈ ਇਹਦੀ ਆਵਾਜ਼ ਜ਼ਿਆਦਾ ਹੋਣ ਦੀ وجہ ਤੋਂ ਉਹ ਫਿਰ ਚੱਕੀ ਹੈਗਾ ਡਿਲੀਟ ਨਹੀਂ ਕਰਦੀ ਜੇ ਸਵੇਰਾ ਤੋਂ ਵਾਗ ਕੋ ਢੱਕੀ ਜਾਂਦੀ ਏ ਔਰ ਉਹ ਜਿਹੜਾ ਨਾ ਤੋ ਜਾਂ ਫੱਕ ਪਾਲਸ਼ਰ ਫੱਕ ਜਾਣਾ ਛੱਡ ਦਿੰਦਾ ਔਰ ਇਹ ਅਲਰ ਜਿਹੜਾ ਇਹ ਤੋ ਜਾਣਾ ਛੱਡ ਦਿੰਦਾ ਇਹਦਾ ਹੱਲ ਏ ਕਿ ਇਹਦੇ ਨਾਲ ਸਾਈਕਲੂਨ ਲਾਇਆ ਜਾਏ ਮੇਰੇ ਦੇਖਣ ਵਿੱਚ ਤੇ ਦੋਹਾਂ ਨਾਲ ਸਾਈਕਲੂਨ ਲੱਗਣਾ ਚਾਹੀਦਾ ਲੇਕਿਨ ਇਹ ਪਾਲਸ਼ਰ ਜਿਹੜਾ ਨਾ guzara muzara ਕਰਦਾ ਰਹਿੰਦਾ ਹੈ ਵੇ ਇਹਦਾ ਪ੍ਰੈਸ਼ਰ ਥੋੜਾ ਸਾਰਾ ਘਟ ਹੁੰਦਾ ਉਹਦੇ ਨਾਲ ਹਵਾ ਦਾ ਠੀਕ ਹੈ ਔਰ ਇਹਦਾ ਮਾਲ ਵੀ ਜਿਹੜਾ ਉਹ ਬਰੀਕ ਹੁੰਦਾ ਇਸ ਵਜ੍ਹਾ ਤੋਂ ਪਲਸ਼ਰ ਥੋੜੇ ਬੜਾ ਚੰਦਾ ਹੀ ਰਹਿੰਦਾ ਗੁਜ਼ਾਰਾ ਕਰਦਾ ਰਹਿੰਦਾ ਠੀਕ ਹੈ ਲੇਕਿਨ ਅਲਰ ਜਿਹੜਾ ਉਹ ਇੱਕੋ ਨਹੀਂ ਗੁਜ਼ਾਰਾ ਕਰਦਾ ਉਹ ਜਿਹੜਾ ਤੋ ਚਾਵਲਾਂ ਹਲ ਕੱਢਣ ਲੱਗ ਪੁੰਦਾ ਠੀਕ ਹੈ ਉਹਦਾ ਸਾਈਕਲੋਨ ਇਹਦਾ ਲੈ ਸਾਈਕਲੋਨ ਕਿਸ ਤਰੀਕੇ ਨਾਲ ਲੱਗਣਾ ਹੈ ਇੱਕ ਤੇ ਸਾਈਕਲੋਨ ਆਈ ਗਉਣ ਬਣਾਉਣ ਦਾ ਤਰੀਕਾ ਦੱਸਣਾ ਹੈ ਸਾਈਕਲੋਨ ਬਣਾਉਣਾ ਐਡੀ ਵੱਡੀ ਰਾਕਟ ਸਾਇੰਸ ਕੋਈ ਨਹੀਂ ਆ ਠੀਕ ਹੈ ਸਾਈਕਲੋਨ ਬਣਾਉਣ ਦਾ ਦੋ ਤਰੀਕਾ ਵੀ ਦੱਸਦਾ ਹੁਣ ਮਿਸਾਲ ਤੌਰ ਤੇ ਆ ਸਾਈਕਲੋਨ ਦੀ ਬੋਤਲ ਪਈ ਹੈ ਅਸੀਂ ਇਹ ਛੋਟਾ ਸਾਈਕਲੋਨ ਬਣਾਉਂਦੇ ਆਪਾਂ ਇਹ ਤੁਹਾਡੀ ਜਿਹੜੀ ਐਸਲੀ ਬੋਤਲ ਹੈ ਉਹ ਚੱਕੀ ਦੇ ਇਸ ਜਗ੍ਹਾ ਉੱਤੇ ਇਸ ਜਗ੍ਹਾ ਉੱਤੇ ਇਸ ਤਰੀਕੇ ਨਾਲ ਇਸਨੇ ਫਿੱਟ ਹੋਣਾ ਹੈ ਔਰ ਇਸ ਤਰੀਕੇ ਨਾਲ ਇਸ ਨੇ ਫਿੱਟ ਹੋ ਕੇ ਠੀਕ ਹੈ ਜੀ ਇਹ ਇਸ ਤਰੀਕੇ ਨਾਲ ਫਿੱਟ ਹੋਈ ਹੈ ਇਸ ਤਰੀਕੇ ਨਾਲ ਫਿੱਟ ਹੋ ਕੇ ਇਸ ਨੇ ਥਲਿਓ ਇਹ ਜਿਹੜੀ ਜਗਾ ਨਾ ਇਹ ਸਾਰੀ ਤੁਸੀਂ ਬੰਦ ਕਰਨੀ ਹੈ ਜਿਸ ਵੀ ਤਰੀਕੇ ਨਾਲ ਤੁਸੀਂ ਇਹਨਾਂ ਬੰਦ ਕਰੋ ਠੀਕ ਹੈ ਤਾਂ ਕਿ ਇਹਦੇ ਵਿੱਚੋਂ ਘੱਟਾ ਛੱਟਾ ਬਾਹਰ ਨਾ ਆਵੇ ਠੀਕ ਹੈ ਇਹਨ ਜਿਸ ਟਾਈਮ ਤੁਸੀਂ ਬੰਦ ਕਰੋਗੇ ਉਸ ਟਾਈਮ ਇਹਦਾ ਘੱਟਾ ਛੱਟਾ ਬਾਹਰ ਨਹੀਂ ਆਉਣ ਲੱਗਾ ਹਵਾ ਦਾ ਜਿਹੜਾ ਪ੍ਰੈਸ਼ਰ ਹੈ ਉਹ ਬਾਹਰ ਨਹੀਂ ਆਉਣ ਲੱਗਾ ਠੀਕ ਹੈ ਇੱਕ ਹੋ ਗਿਆ ਅੱਗੋ ਇਹਦਾ ਆ ਗਿਆ ਉਤਲਾ ਹਿੱਸਾ ਉਤਲਾ ਹਿੱਸਾ ਇਹਦਾ ਉਹ ਪਿਆ ਐ ਸਾਈਕਲਨ ਦਾ ਕਿਉਂਕਿ ਅਸੀਂ ਇੱਕ ਛੋਟਾ ਬਣਾ ਰਹੇ ਹਾਂ ਇਹ ਆਪਣੇ ਤਜਰਬੇ ਵਾਸਤੇ ਇਹਦੇ ਵਿੱਚ ਅਸੀਂ ਹੋਰ ਵੀ ਐਡ ਕਰਦੇ ਆ ਇਸ ਤਰ੍ਹਾਂ ਚਾਦਰ ਦੇ ਵਾਲ ਦਿੱਤੇ ਨੇ ਲੇਕਿਨ ਇਹ ਵਾਲ ਕੋ ਨਹੀਂ ਹੁੰਦੇ ਸਾਈਕਲਨ ਵਿੱਚ ਠੀਕ ਹੈ ਸੈਕਲੂਨ ਜਿਹੜਾ ਤੁਸੀਂ ਬਣਾਣਾ ਹੈ ਇਹਦੇ ਵਾਸਤੇ ਤੋ ਵਾਸਤੇ ਜਾਂ ਪਾਊਡਰ ਵਾਸਤੇ ਉਹ ਦੋਨ ਸੈਕਲੂਨ ਚਾਹੀਦਾ ਵੱਡਾ ਇਹ ਛੋਟਾ ਠੀਕ ਹੈ ਸੈਕਲੂਨ ਵੱਡਾ ਚਾਹੀਦਾ ਉਹਦਾ ਤਰੀਕਾ ਕਰ ਕੀ ਹੁੰਦਾ ਇਹ ਜਿੱਥੋਂ ਬੋਤਲ ਸ਼ੁਰੂ ਹੁੰਦੀ ਹੈ ਨਾ ਜੀ ਇਹ ਬੋਤਲ ਜਿੱਥੋਂ ਸ਼ੁਰੂ ਹੁੰਦੀ ਹੈ ਥੱਲੇ ਵਾਲੀ ਇਹ ਇਥੋਂ ਤੱਕ ਤੁਸੀਂ ਪਾਈਪ ਇਹਦੇ ਵਿੱਚ ਲਮਕਾਣਾ ਹੁੰਦਾ ਠੀਕ ਹੈ ਇਹ ਇੱਕ ਚੀਜ਼ ਦਾ ਖਿਆਲ ਰੱਖਣਾ ਹੁੰਦਾ ਜਿਹੜਾ ਤੁਸੀਂ ਪਾਈਪ ਇਹਦੇ ਵਿੱਚ ਦਿੰਦੇ ਹੋ ਨਾ ਭਾਜੀ ਜਿੱਥੋਂ ਹਵਾ ਅੰਦਰ ਜਾ ਰਹੀ ਹੈ ਕਮ ਅਜ ਕਮ ਉਸ ਸਾਈਜ਼ ਦਾ ਪਾਈਪ ਵਿੱਚ ਖੜਾ ਲਮਕਾਣਾ ਜਿਵੇਂ ਆ ਲਮਕਾਵਾ ਪੈਪ ਲੱਗੇ ਆ ਇਹ ਨਾ ਇਹ ਪੈਪ ਲਮਕਾਵਾ ਇਹਦੇ ਵਿੱਚ ਲੱਗੇ ਆ ਠੀਕ ਹੈ ਜੀ ਤੇ ਇਹ ਜਾਂ ਫਿਰ ਇਸ ਤੋਂ 1 ਇੰਚ ਵੱਡਾ ਹੋਵੇ ਜਾਂ 2 ਇੰਚ ਵੱਡਾ ਹੋਵੇ ਠੀਕ ਹੈ ਅਗਰ ਵੱਡਾ ਹੋਵੇ ਤੇ ਇੱਕੋ ਬਿਹਤਰ ਹੈ ਅਗਰ ਵੱਡਾ ਨਹੀਂ ਤੇ ਕਮ ਅਜ ਕਮ ਇਹ ਸਾਈਜ਼ ਜਿਹੜਾ ਜਿਹੜਾ ਅੰਦਰ ਦੇਣਾ ਉਹ ਕਮ ਅਜ ਕਮ ਸਾਈਜ਼ ਹੋਣਾ ਚਾਹੀਦਾ ਉਸ ਤੋਂ ਬਾਅਦ ਐ ਇਥੋਂ ਅਸੀਂ ਪੈਪ ਅੰਦਰ ਦਿੱਤਾ ਠੀਕ ਹੈ ਇਸ ਨੂੰ ਥੋੜੀ ਸਾਰੀ ਨਾ ਇਥੋਂ ਆਂ ਕਰਕੇ ਚਾਦਰ ਨਾਲ ਇਥੋਂ ਪੈਪ ਦਿੱਤਾ ਨਾ ਇਥੋਂ ਚਾਦਰ ਨਾਲ ਆਂ ਨਾ तकरीबन 4 ਡੇਡ ਆਂ ਗੁਲਾਈ ਦੇ ਵੀ ਦੀਏ ਇਥੋਂ ਆਂ ਜੇ ਇਥੋਂ ਉਤਾਰ ਕੇ ਚਾਦਰ ਇਥੇ ਲੱਗ ਕੇ ਨਾ ਆਂ ਗੁਲਾਈ ਆ ਜਾਣੀ ਹੈ ਔਰ ਇਥੋਂ ਇਹ ਪੈਪ ਜਿਹੜਾ ਨਾ ਖਟੀ ਜਾਣਾ ਇਹ ਜਿਹੜਾ ਅਸੀਂ ਤੇ ਇਹਦੇ ਵਿੱਚ ਦਿੱਤੇ ਨਾ ਇਹ ਅਸੀਂ ਇਸ ਤੋਂ ਦਿੱਤੇ ਆ ਦੇ ਵਿੱਚ ਅਸੀਂ ਗੁਲਾਈਆਂ ਦਿੱਤੀਆਂ ਨੇ ਠੀਕ ਹੈ ਚਾਦਰ ਨਾਲ ਇਸ ਤੋਂ ਅਸੀਂ ਇੰਜ ਦੇ ਛੜਾ ਲੇਕਨ ਇਹਦੇ ਵਾਸਤੇ ਮੈਂ ਦੂਜਾ ਤੁਹਾਨੂੰ ਸਖਲੂਨ ਵਖਾਨਾ ਇਹਦੇ ਵਾਸਤੇ ਤੁਸੀਂ ਇੱਥੋਂ ਨਾ ਅੰਜ तकरीबन ਫੁੱਟ ਜਿਹੜਾ ਹੈ ਨਾ ਇਸ ਨੂੰ ਗੁਲਾਈ ਦੇਣੀ ਹੈ तकरीबन ਇੱਥੋਂ ਤੁਹਾਡੀ 3 ਇੰਚੀ ਚਾਦਰ ਉੱਚੀ ਹੋ ਗਈ ਇੱਥੋਂ ਤੁਹਾਡੀ ਆਕੇ ਜ਼ੀਰੋ ਹੋ ਗਈ ਅੰਜ ਉੱਤਲੇ ਪਾਸੇ ਵੀ ਇਹਦੇ ਚਾਦਰ ਲੱਗ ਗਈ ਪਰਲੇ ਪਾਸੇ ਵੀ ਇੰਜ ਖੜਾ ਪੀਸ ਲੱਗ ਗਿਆ ਲੱਗ ਕੇ ਇਹ ਜਨਾਬ ਇੱਥੇ ਤੁਹਾਡੀ ਗੁਲਾਈ ਆ ਗਈ ਇੱਥੋਂ ਤੁਹਾਡਾ ਪੈਪ ਵੇਚ ਗਿਆ ਇਸ ਪੈਪ ਦਾ ਕਨੈਕਸ਼ਨ ਵੀ ਇਹਦੇ ਨਾਲ ਵੀ ਹੋਵੇਗਾ ਤਾਂ ਕਿ ਉਹ ਗੁਲਾਈ ਵਿੱਚ ਸਹੀ ਵਿੱਚ ਜਾਵੇ ਮਾਲ ਠੀਕ ਹੈ ਜੀ ਉਸ ਤੋਂ ਪਿੱਛੇ ਤੁਹਾਨੂੰ ਮੈਂ ਵਖਾਨਾ ਜੀ ਜਿਹੜਾ ਅਸੀਂ ਸੈਕਲੂਨ ਇਜ਼ੀ ਸਾਰਿਆਂ ਤੋਂ ਸੌਖਾ ਬਣਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸਦਾ ਔਰ ਅਸੀਂ ਬਣਾਇਆ ਵੀ ਔਰ ਉਹ ਵੀ ਤੁਹਾਨੂੰ ਮੈਂ ਵਿਜ਼ਿਟ ਕਰਾਂਦਾ ਠੀਕ ਹੈ ਤੁਸੀਂ ਜਨਾਬ ਇੱਕ ਡਰਮ ਲੈ ਲੈਣਾ ਤੇਲ ਵਾਲਾ ਡਰਮ ਜਿਹੜਾ ਹੈ ਨਾ ਲੋਹੇ ਦਾ ਕੋਈ ਅੱਛੀ ਕੰਡੀਸ਼ਨ ਵਿੱਚ ਹੋਵੇ ਜਿਹੜਾ ਇੱਕੋ ਖੱਦੇ ਹਮਾਰੇ ਆ ਨਾ ਹੋਵੇ ਠੀਕ ਹੈ ਖਾਸ ਕਰਕੇ ਉਹਦਾ ਥੱਲਾ ਇੱਕ ਸਾਈਡ ਜਿਹੜੀ ਹੈ ਨਾ ਉਹ ਕਮਜ਼ ਕਮ ਠੀਕ ਹੋਵੇ ਉਹ ਡਰਮ ਲੈ ਕੇ ਉਹਦੇ ਜਨਾਬ ਤੁਸੀਂ ਕੀ ਕਰਨਾ ਹੈ ਇਹ ਨਜ਼ਰ ਆ ਰਿਹਾ ਜੇ ਲੱਗੇ ਆ ਠੀਕ ਹੈ ਜੀ ਇਹ ਡਰਮ ਦਾ ਹੀ ਬਣਿਆ ਸ਼ਕਲੂਨ ਉਹਦੇ ਅੱਧ ਜਿਹੜਾ ਨਾ ਦਰਮਿਆਨ ਠੀਕ ਹੈ ਇਹ ਜਿਹੜੀ ਗੁਲਾਈ ਤੁਹਾਨੂੰ ਮੈਂ ਦੱਸ ਰਿਹਾ ਸੀ ਇਹ ਗੁਲਾਈ ਲੱਗੀ ਹੈ ਇਹ ਨਜ਼ਰ ਆ ਰਹੀ ਹੈ ਜੀ ਉਥਲੇ ਪਾਸੇ ਗੁਲਾਈ ਠੀਕ ਹੈ ਇਹ ਆਹ ਦਵਨ ਨਜ਼ਰ ਆ ਰਹੀ ਹੋਣੀ ਹੈ ਜੀ ਥੁਪੈਪ ਅੰਦਰ ਜਾਂਦਾ ਪਿਆ ਉਥੋਂ ਅੱਗੋਆ ਗੁਲਾਈ ਲਾਈ ਅਸੀਂ ਤਕਰੀਬਨ 4 ਡੇਡ ਠੀਕ ਹੈ ਜੀ ਇਹ ਫੋਰਡੇਰ ਤੋਂ ਬਾਅਦ ਅੰਦਰ ਉਹ ਉੱਥੋਂ ਟੁਰ ਗਈ ਠੀਕ ਹੈ ਜੀ ਉਸ ਤੋਂ ਪਿੱਛੇ ਅੱਗੇ ਜਨਾਬ ਆਜੋ ਤੁਸੀਂ ਕੀ ਕਰਨਾ ਹੈ ਡਰਮ ਲੈਣਾ ਹੈ ਡਰਮ ਲੈ ਕੇ ਉਸਨਾਂ ਇੱਕ ਸਾਈਡ ਤੋਂ ਜਿਸ ਤਰ੍ਹਾਂ ਸੀਆ ਗੁਲਾਈ ਉੱਤੇ ਦਿੱਤੀ ਹੈ ਐ ਗੁਲਾਈ ਦੇ ਕੇ ਉਹਦੇ ਵਿੱਚ ਪੈ ਵਾਰ ਛੜਨਾ ਜਿਤਨਾ ਵੀ ਤੁਸੀਂ ਵਿੱਚ ਵਾਰਨਾ ਹੈ ਮਤਲਬ 4 ਇੰਚੀ ਦਾ 5 ਇੰਚੀ ਦਾ 6 ਇੰਚੀ ਦਾ ਜਿਹੜਾ ਵੀ ਤੁਸੀਂ ਵਾਰਨਾ ਜਾਂ 8 ਇੰਚੀ ਦਾ ਜਿਵੇਂ ਅਸੀਂ ਹੁਣ 8 ਇੰਚੀ ਦਾ ਲਾਇਆ ਹੈ ਠੀਕ ਉਸ ਤੋਂ ਬਾਅਦ ਸਰਕਾਰ ਮੇਰੇ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡਾ ਅੱਧਾ ਹੋਣਾ ਹੈ ਨਾ ਡਰਮ ਦਾ ਅੱਧਾ ਠੀਕ ਹੈ ਅੱਧੇ ਤੱਕ ਤੁਸੀਂ ਉਹਦੇ ਵਿੱਚ ਪੈਪ ਲਮਕਾਣਾ ਹੈ ਠੀਕ ਹੈ ਦਰਮਿਆਨ ਵਿੱਚ ਅੱਧੇ ਤੱਕ ਪੈਪ ਲਮਕਾ ਕੇ ਉਸ ਤੋਂ ਬਾਅਦ ਪਿੱਛੇ ਜਿਹੜਾ ਅੱਧਾ ਬਚਣਾ ਹੈ ਨਾ ਜੀ ਉਸ ਅੱਧੇ ਨੂੰ ਤੁਸੀਂ ਇੱਥੋਂ ਐਸੀ ਤਿਆਥ ਉੱਤੋਂ ਦਿੱਤੀ ਹੈ ਨਾ ਗੁਲਾਈ ਇਸ ਵਜ੍ਹਾ ਤੋਂ ਫੇਰ ਥੱਲੇ ਆ ਕੇ ਸਾਂ ਇੱਥੋਂ ਐ ਟੱਕ ਦੇ ਕੇ ਤੇ ਅਸੀਂ ਐਸਨਾ ਥੱਲੇ ਆ ਕੇ ਸੋੜਾ ਕਰ ਲਿਆ ਲੇਕਿਨ ਤੁਸੀਂ ਉਸ ਅੱਧੇ ਤੱਕ ਤੋੜ ਤੱਕ ਟੱਕ ਦੇਣੇ ਨੇ ਠੀਕ ਆ ਟੱਕ ਦੇ ਕੇ ਜਿਸ ਤਰ੍ਹਾਂ ਬੋਤਲ ਦਾ ਤੁਹਾਡਾ ਬਣਿਆ ਆ ਨਾ ਇਸ ਤਰੀਕੇ ਨਾਲ ਬੋਤਲ ਬਣਾ ਲਓ ਇਹ ਇੰਜ ਨਹੀਂ ਕਰਨਾ ਅਦਵਿਸ਼ਕਾਰ ਚੋ ਡਰਮ ਵੱਡੋ ਵੱਡ ਕੇ ਤੇ ਉਸ ਦੀ ਬੋਤਲ ਲੈ ਜਾਓ ਤੁਸੀਂ ਰੂਲੇ ਵਾਲੇ ਕੋਲ ਰੂਲੇ ਵਾਲੇ ਕੋਲ ਜਾ ਕੇ ਉਹਨਾਂ ਕੋ ਜੀ ਸਾਡੀ ਜਿਹੜਾ ਨਾ ਥੱਲੇੋਂ ਜਿਹੜਾ ਤੁਸੀਂ ਉੱਤੋਂ ਸਾਈਜ਼ ਦਿੱਤੇ ਆਉਣਾ ਨਾ मतलब ਤੁਸੀਂ ਥੱਲੇ ਵਾਲਾ ਰੱਖ ਲੋ 5 ਇੰਚੀ ਬੈਲਫਰਜ਼ ਅਸੀਂ 4 ਇੰਚੀ ਰੱਖਿਆ ਤੁਸੀਂ ਬੈਲਫਰਜ਼ 5 ਇੰਚੀ ਰੱਖ ਲੋ ਠੀਕ ਹੈ ਉਤੋਂ ਅਸੀਂ 8 ਇੰਚੀ ਦਿੱਤੇ ਆ ਔਰ ਕੱਢਿਆ ਵੀ ਜਿਹੜਾ ਵਿਸ਼ਕਾਰ ਅਸੀਂ ਲਮਕਾਇਆ 8 ਇੰਚੀ ਵਿਸ਼ਕਾਰ ਲਮਕਾਇਆ ਔਰ 8 ਇੰਚੀ ਅਸੀਂ ਇੱਥੇ ਪਾਈਪ ਲੈ ਆਂਦਾ ਠੀਕ ਹੈ ਆਂ ਇੱਥੇ ਪਾਈਪ ਲਿਆ ਕੇ ਇਹਦੇ ਨਾਲ ਅਸੀਂ ਥੋੜੇ ਬੰਨ ਛੜੇ ਨੇ ਬੋਰੀਆਂ ਬਣਾ ਕੇ ਥੋੜੇ ਬੰਨ ਛੜੇ ਨੇ ਇਹ ਘੱਟਾ ਮਿੱਟੀ ਇਹਦੇ ਵਿੱਚ ਆ ਕੇ ਦੇ ਜਾਂਦਾ ਠੀਕ ਹੈ ਹਵਾ ਵੀ ਡਿਲੀਟ ਹੋ ਜਾਂਦੀ ਹੈ ਇੱਥੇ ਔਰ ਘੱਟਾ ਮਿੱਟੀ ਵੀ ਇੱਥੇ ਬਹਿ ਜਾਂਦਾ ਉਸ ਤੋਂ ਪਿੱਛੇ ਜਿਵੇਂ ਤੁਹਾਨੂੰ ਮੈਂ ਦੱਸਿਆ ਥੱਲੇ ਵਾਲਾ ਮੂੰਹ ਜਿਹੜਾ ਉਹ ਤੁਸੀਂ ਚੱਕੀ ਵਿੱਚ ਫਿੱਟ ਕਰ ਛੜਨਾ ਠੀਕ ਹੈ ਜੀ ਜਿਸ ਟਾਈਮ ਤੇ ਤੁਹਾਡਾ ਥੱਲੇ ਵਾਲਾ ਮੂੰਹ ਚੱਕੀ ਵਿੱਚ ਫਿੱਟ ਹੋ ਜਾਏ ਦਾ ਉੱਤੇ ਤੁਸੀਂ ਇਸ ਤਰ੍ਹਾਂ ਤਰੋੜੇ ਬੰਨ ਛੜੋਗੇ ਠੀਕ ਹੈ ਬੋਰੀਆਂ ਬਣਾ ਕੇ ਲਾਜ਼ਮੀ ਨਹੀਂ ਕਿ ਤੁਸੀਂ ਏੜੀਆਂ ਏੜੀਆਂ ਵੱਡੀਆਂ ਬੋਰੀਆਂ ਬਣਾਓ ਛੋਟੀਆਂ ਵੀ ਬਣਾ ਸਕਦੇ ਹੋ ਦੋ ਦੋ ਤਰੋੜਿਆਂ ਦੀਆਂ ਵੀ ਬਣਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਉਹਦੇ ਨਾਲ ਤੁਸੀਂ ਤਿੰਨ ਤਰੋੜੇ ਬੰਨ ਛੜੋ ਠੀਕ ਆ ਜਸਟ ਆਮ 10 ਤੋੜੇ ਤੁਸੀਂ ਫੀਲਡ ਵਾਲੇ ਬੰਨ ਛਡੋਗੇ ਇਹਨਾਂ ਚੋਂ ਤੁਹਾਡੀ ਅਵਾਡ ਡਿਲੀਟ ਹੁੰਦੀ ਰਵੇਦੀ ਔਰ ਘੱਟਾ ਵੀ ਇਹਦੇ ਵਿੱਚ ਸੱਕ ਹੋ ਕੇ ਡਿੱਗਦਾ ਰਵੇਦਾ ਬਾਕੀ ਜਿਹੜਾ ਤੁਹਾਡੀ ਤੋ ਸਿੱਧੀ ਚੱਕੀ ਵਿੱਚ ਜਾ ਕੇ ਡਿੱਗੇਗੀ ਉਹ ਤੁਹਾਡਾ ਜਿਹੜਾ ਤੋ ਚੁਕਣੇ ਵਾਲਾ ਮਸਲਾ ਨਾ ਜਿਹੜਾ ਹਲਰ ਛੱਡ ਜਾਂਦਾ ਤੋ ਚਾਣੀ ਉਹ ਮਸਲਾ ਤੁਹਾਡਾ ਹੱਲ ਹੋ ਜਾਏਗਾ ਠੀਕ ਹੈ ਜੀ ਤੇ ਇਹਦਾ ਸੈਕਲੋਨ ਬਣਾਉਣੇ ਦਾ ਇੱਡੀ ਵੱਡੀ ਰਾਕੇਟ ਸਾਇੰਸ ਕੋਈ ਨਹੀਂ ਹੈ ਬਿਲਕੁਲ ਇਜ਼ੀ ਹੈ ਡਰਮ ਲੋ ਉਹ ਡਰਮ ਲੈ ਕੇ ਜਨਾਬ ਜਿਹੜਾ ਦੰਤ ਤਰੀਕਾ ਕਰ ਦੱਸਿਆ ਉਸ ਤਰੀਕੇ ਨਾਲ ਤੁਸੀਂ ਇਹ ਬਣਾ ਲੋ ਠੀਕ ਹੈ ਜੀ ਇਹ ਉੱਥੋਂ ਅੰਦਰ ਜਾਂਦਾ ਜਿਪਿਆ ਹੈ ਸਲ ਇੱਥੇ ਘੱਟਾ ਛੱਟਾ ਵੀ ਬੜਾ ਆ ਨਜ਼ਰ ਆ ਰਿਹਾ ਜੀ ਇੱਥੋਂ ਅੰਦਰ ਜਾਂਦਾ ਜਿਪਿਆ ਠੀਕ ਹੈ ਜੀ ਅੱਗੋ ਗੁੜਾਈ ਨਜ਼ਰ ਆ ਰਹੀ ਹੈ ਤੁਹਾਨੂੰ ਥੋੜੀ ਸਾਰੀ ਇੱਥੋਂ ਨਜ਼ਰ ਆ ਰਹੀ ਹੋਣੀ ਗੁੜਾਈ ਠੀਕ ਆ ਅਸਟਰੀਕਨ ਅਗੁਲਾਈ ਦੇ ਲੈਣੀ ਹੈ ਸਹੀ ਹੈ ਤੇ ਥੱਲੇ ਵਾਲਾ ਅੱਧਾ ਹਿੱਸਾ ਜਿਹੜਾ ਉਹਦੀ ਤੁਸੀਂ ਉਹ ਬੋਤਲ ਬਣਾ ਲੈਣੀ ਹੈ ਠੀਕ ਹੈ ਜੀ ਬੜਾ ਸੌਖਾ ਤੇ ਇਜ਼ੀ ਜਨਾਬ ਸਸਤਾ ਠੀਕ ਹੈ ਉਹ ਜੇਕਰ ਤੁਸੀਂ ਸਾਈਕਲੋਨ ਮੋਲ ਬਣਵਾਓਗੇ ਕਮ ਅਸ ਕਮ 50 60 ਹਜ਼ਾਰ ਦਾ ਤੁਹਾਨੂੰ ਸਾਈਕਲੋਨ ਇੱਕ ਦੇਣਗੇ ਲੇਕਿਨ ਇਹ ਜਿਹੜਾ ਤੁਹਾਡਾ ਜ਼ਿਆਦਾ ਜ਼ਿਆਦਾ ਖਰਚ ਆਇਆ 8-10 ਹਜ਼ਾਰ ਵਿੱਚ ਸਾਈਕਲੋਨ ਤੁਹਾਡਾ ਤਿਆਰ ਹੋ ਜੇਗਾ ठीक है जी और, और किस भाई ने कोई रहनुमाई या कोई गलबात किस पूछनी हो जरूर पूछ सकता है मैन वट्सअप मैसेज करके ठीक है जी तो अल्लाह अला भला करे कोई मैंने मशवरा दे सकता हो मेरी कोई इलाह कर सकता हो जरूर मेरी सलाह करे तो दुआव दसूसी इल्तजाज दुआवे खसूसी याद रखा जाए ठीक है जी तो अला भला करे और दूसरा ये कि ਜਿਹੜੀ ਜਿਹੜੀ ਜਗ੍ਹਾ ਤੋਂ ਵੀ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਠੀਕ ਹੈ ਉਹ ਆਪਣੀ ਕਮੈਂਟ ਵਿੱਚ ਜਗ੍ਹਾ ਦਾ ਨਾਮ لازਮੀ ਦੱਸਿਆ ਜੇ ਲਿਖ ਕੇ ਕਿ ਅਸੀਂ ਫਲਾਣੀ ਜਗ੍ਹਾ ਤੋਂ ਵੀਡੀਓ ਵੇਖ ਰਹੇ ਹਾਂ ਜ਼ਿਲ੍ਹਾ ਔਰ ਆਪਣਾ ਪਿੰਡ ਜਾਂ ਸ਼ਹਿਰ ਜਿਹੜਾ ਹੈ ਨਾ ਉਹ ਦੱਸਣਾ ਠੀਕ ਹੈ ਜੀ ਉਸ ਤੋਂ ਬਾਅਦ ਅਗਰ ਇਸ ਕਾਬਲ ਸਮਝੋ ਕਿ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਚਾਹੀਦਾ ਹੈ तो जरूर सबसक्राइब कर बाकी एक चीज़ होर रह गई है कि चक्की बिजली जाली नंबर इस्तेमाल होनी है तौ तो या फीने वास्तली इस्तेमाल होनी है चार नंबर मोटिया नंबर बेच चार नंबर जोड़ी जली है ना जी वो द्वा इस्तेमाल होनी है ठीक है जी और मेरा ख्याल है कोई चौंती नंबर या छत्तीस नंबर बननी है बारीक नंबर च ਦੇ ਮੋਟਿਆਂ ਵਿੱਚ ਉਹ 4 ਨੰਬਰ ਬਣਣੀ ਹੈ ਬਾਕੀ ਫਿਰ ਉਹ ਪਿਸਾਈ ਕਰਕੇ ਵੇਖ ਲਵਈਦਾ ਜੇ ਅਗਰ ਜਿਹੜਾ ਨਾ ਸਹੀ ਕਰਦੇ ਹੋ ਕਿ ਅੱਲਾ ਤੁਹਾਡਾ ਭਲਾ ਕਰੇ ਮੋਟਾ ਤੇ ਉਸ ਤੋਂ ਬਰੇਕ ਨੰਬਰ ਜਾਲੀ ਕਰਨ ਉਹ ਤੇ ਫਿਰ ਬੰਦੇ ਦੇ ਆਪਣੇ ਹੱਥ ਵਾਸ ਹੁੰਦਾ ਤੇ ਉਸ ਤੋਂ ਬਾਅਦ ਜੇ ਤੁਹਾਡੀ ਐਲਕੀ ਲੀਆਂ ਵਾਲੀ ਚੱਕੀ ਹੈ ਫਿਰ ਤੇ ਅੱਗੇ ਹੀ ਠੀਕ ਹੈ ਠੀਕ ਹੈ ਜੇ ਅਗਰ ਐਲਕੀ ਲੀਆਂ ਵਾਲੀ ਚੱਕੀ ਨਹੀਂ ਹੈ ਬਲੇਡਾਂ ਵਾਲੀ ਹੈ ਫਿਰ ਉਹਦੇ ਵਿੱਚ ਕਟਰ ਇਸਤੇਮਾਲ ਕਰੋ ਜਾਂ ਬਰ ਇਸਤੇਮਾਲ ਕਰੋ ਸਟੀਲ ਟਿਪਾਂ ਵਾਲੇ ਠੀਕ ਹੈ ਜਾਂ ਫਿਰ ਇਸ ਤਰ੍ਹਾਂ ਦਾ ਗੁੱਛਾ ਬਣਾ ਲਓ ਜਿਸ ਤਰ੍ਹਾਂ ਦਾ ਆ ਬਣਿਆ ਪਿਆ ਠੀਕ ਹੈ ਇਸ ਨੂੰ ਵੀ ਸਟੀਲ ਟਿਪਾਂ ਲੱਗਣੀਆਂ ਨੇ ਆ ਜੀ ਸਮਝ ਇਹਦੇ ਨਾਲ ਇਹ ਹੋਵੇਗਾ ਕਿ ਤੁਹਾਡਾ ਪ੍ਰੈਸ਼ਰ ਵੀ ਅੱਛਾ ਬਣੇਗਾ ਠੀਕ ਹੈ ਚੱਕੀ ਦਾ ਪ੍ਰੈਸ਼ਰ ਜਿੰਨਾ ਅੱਛਾ ਹੋਵੇ ਜਿਤਨੀ ਆਵਾਜ਼ ਛਕ ਕਰੇ ਉਤੋਂ ਉਤਨਾ ਇਹ ਨਬੇੜਾ ਵੀ ਕਰਦੀ ਹੈ ਔਰ ਬਾਰੀਕ ਵੀ ਕਰਦੀ ਹੈ ਠੀਕ ਹੈ ਜੀ ਦੁਆਵਾਂ ਦੀ ਇਲਤਜਾ ਹੈ ਖਸੂਸੀ ਦੁਆਵਾਂ ਦੀ ਜ਼ਰੂਰਤ ਹੈ ਦੁਆਵਾਂ ਜੇ ਖਸੂਸੀ ਯਾਦ ਰੱਖਿਆ ਜਾਏ ਤੇ ਓਕੇ ਜੀ ਅੱਲਾਹ ਹਾਫਿਜ਼